ਖੰਨਾ ਵੱਲੋਂ ਟਰੈਕਟਰ ਰੈਲੀ ਕੱਢਣ ਜਾਣੀ ਆ ਤੇ ਦੇਖ ਸਕਦੇ ਹੋ ਦੋਸਤੋ ਰਸਤੇ ਜਿਹੜੇ ਪੁਲਿਸ ਨੇ ਬਿਨਾ ਮਤਲਬ ਤੇ ਦਿੱਲੀ ਵੱਲੋਂ ਜਿਹੜਾ ਹੈਗਾ ਆ ਨਹੀਂ ਜਾਣ ਦਿੰਦੇ ਟ੍ਰੈਫਿਕ ਜਿਹੜਾ ਡਾਇਵਰਟ ਕੀਤਾ ਜਾ ਰਿਹਾ ਆਮ ਪਬਲਿਕ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਆ ਇਹ ਹੈਗਾ ਆ ਸੋਨੀਪਤ ਦਿੱਲੀ ਹਾਈਵੇ ਇਸ ਟਾਈਮ ਅਸੀਂ ਖੜ੍ਹੇ ਹਾਂ ਦੇਖ ਸਕਦੇ ਹਾਂ ਕਿ ਟ੍ਰੈਫਿਕ ਜਿਹੜਾ ਇੰਨਾ ਜਾਮ ਆ ਪੁੱਛਿਆ ਤੇ ਕਹਿ ਰਹੇ ਆ ਕਿ ਟਰੈਕਟਰ ਰੈਲੀ ਹੈਗੀ ਆ ਤਾਂ ਕਰਕੇ ਇਹ ਟ੍ਰੈਫਿਕ ਜਿਹੜਾ ਰੁਕਿਆ ਆ ਇੱਧਰਲੇ ਪਾਸੇ ਵੀ ਦੇਖ ਲਓ ਕਿਸੇ ਪਾਸੇ ਵੀ ਨਹੀਂ ਬਿਨਾਂ ਮਤਲਬ ਤੇ ਜਿਹੜਾ ਹੈਗਾ ਆ ਇਹ ਟ੍ਰੈਫਿਕ ਰੋਕ ਕੇ ਤੇ ਇਹ ਆਮ ਪਬਲਿਕ ਜਿਹੜਾ ਤੰਗ ਕੀਤਾ ਜਾ ਰਿਹਾ ਆ ਤੇ ਆਪਾਂ ਪੁੱਛਦੇ ਹਾਂ ਦੇਖਦੇ ਹਾਂ ਜਿਹੜੇ ਕੋਈ ਜਣਾ ਇੱਥੇ ਇਹਨਾਂ ਦੇ ਹੈਗੇ ਆ ਗੱਲ ਕਰਕੇ ਕਿ ਕਿਉਂ ਇਹ ਰਸਤਾ ਜਿਹੜਾ ਹੈਗਾ ਰੁਕਿਆ ਗਿਆ ਆ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਹੁਣ ਦੇਖ ਲਓ ਜੀ ਕੈਮਰੇ ਤੋਂ ਦੌੜਦੇ ਆ ਗੱਲ ਕਰਨ ਤੋਂ ਕਿ ਇਹ ਜਿਹੜਾ ਰੁਕਿਆ ਹੋਇਆ ਆ ਜੇ ਰੁਕਿਆ ਤਾਂ ਜਵਾਬ ਦੇਵੋ ਸਾਨੂੰ ਦੇਖਦੇ ਹਾਂ ਕਰਦੇ ਆ ਸਾਡੇ ਨਾਲ ਗੱਲ ਕਿ ਨਹੀਂ ਹਾਂਜੀ ਨਮਸਕਾਰ ਜੀ ਕਿਆ ਰੀਜ਼ਨ ਹੈ ਕਿ ਆਪਣੇ ਜੇ ਦੋਨੋਂ ਰੋਡਸ ਬਲੌਕ ਕੀ ਹੋਈ ਹੈ ਉਹ ਹਮਾਰੇ ਇੰਚਾਰਜ ਹੈ ਜੀ ਵਾਹ ਅਬ ਸਮਝ ਸਾਹਿਬ ਆਪ ਵੀ ਤੋਂ ਬੈਠੇ ਹੈ ਨਾ ਆਪਕੀ ਪੋਜੀਸ਼ਨ ਕਿਆ ਹੈ ਹਮਾਰੀ ਐਸਾ ਹੀ ਹੈ ਜੀ ਮਤਲਬ ਫਿਰ ਐਸਾ ਹੀ ਐਸਾ ਹੈ ਤਾਂ ਕਿਉਂ ਨਹੀਂ ਜਵਾਬ ਸਕਦੇ ਆਪ ਵੀ ਤੋਂ ਰੋਡ ਬਲੌਕ ਕਰ ਬੈਠੇ ਹੈ ਨਾ ਇਹ ਅੱਗੇ ਦਿੱਕਤ ਨਾ ਆਏ ਪਬਲਿਕ ਕੋ ਕਾਹੇ ਕੀ ਦਿੱਕਤ ਤਾਂ ਆਪ ਤਾਂ ਕਰ ਰਹੇ ਨਾ ਆਮ ਪਬਲਿਕ ਕੋ ਤੰਗ ਕਰ ਰਹੇ ਆ ਬੰਦ ਕਰਕੇ ਰੋਡਸ ਕਹਾਂ ਇਹ ਆਮ ਪਬਲਿਕ ਕਰ ਰਹੇ ਅਗਰ ਆਪ ਪਬਲਿਕ ਕੋ ਨਹੀਂ ਜਾਣੇ ਦੇ ਕੇ ਡਾਇਵਰਸ਼ਨ ਲਗਾਈ ਹੋਈ ਹੈ ਰੋਂਗ ਸਾਈਡ ਕਾਂ ਪਬਲਿਕ ਰੋਂਗ ਸਾਈਡ ਇਧਰ ਵੀ ਸੇ ਬਲੌਕ ਕੀਆ ਹੋ ਨਾ ਉਧਰ ਸੇ ਵੀ ਬਲੌਕ ਕੀਆ ਹੈ ਉਪਰ ਸੇ ਆ ਰਹੇ ਹੈ ਉਪਰ ਸੇ ਘੁੰਮ ਕੇ ਕਿਤਨੀ ਪਬਲਿਕ ਕਿਤਨੀ ਤੰਗ ਹੋ ਰਹੀ ਹੈ ਕੈਮਰਾਮੈਨ ਪਿੱਛੇ ਘੁਮਾ ਕੇ ਦਿਖਾਓ ਕਿ ਜਿਹੜੀ ਪਬਲਿਕ ਜਿਹੜੀ ਹੈਗੀ ਹੈ ਕਿੰਨੀ ਤੰਗ ਹੋ ਰਹੀ ਆ ਪਬਲਿਕ ਕੋਲ ਜਾਏਗੀ ਦੂਸਰਾ ਪਾਸਾ ਵੀ ਤੁਸੀਂ ਬਲੌਕ ਕੀਤਾ ਹੋਇਆ ਇਹ ਵੀ ਬਲੌਕ ਕੀਆ ਹੋਇਆ ਦੋਸਤੋ ਦੇਖ ਲਓ ਸਾਡਾ ਪ੍ਰਸ਼ਾਸਨ ਫਿਰ ਕਹਿੰਦੇ ਆ ਕਿ ਜਨਤਾ ਜਿਹੜੀ ਹੈਗੀ ਆ ਇਹਨਾਂ ਦੇ ਉੱਤੇ ਵੀ ਹੱਥ ਚੱਕਦੀ ਆ ਜਾਂ ਕੁਛ ਕਰਦੀ ਆ ਆਮ ਪਬਲਿਕ ਨੂੰ ਤੰਗ ਕੀਤਾ ਜਾ ਰਿਹਾ ਆ ਦੋਨੋਂ ਪਾਸੋਂ ਰੋਡਸ ਬਲੌਕ ਕੀਤੀਆਂ ਹੋਈਆਂ ਆ ਦੂਸਰਾ ਪਾਸਾ ਵੀ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿੰਨਾ ਸਵੇਰ ਦਾ ਇਹਨਾਂ ਨੇ ਇਸ ਪਬਲਿਕ ਨੂੰ ਤੰਗ ਕੀਤਾ ਹੋਇਆ ਦੇਖੋ ਕਾਰਾਂ ਜਿਹੜੀਆਂ ਆ ਵਾਪਸ ਮੁੜ ਰਹੀਆਂ ਕਿਉਂਕਿ ਅੱਜ ਟਰੈਕਟਰ ਰੈਲੀ ਆ ਅਤੇ ਟਰੈਕਟਰ ਰੈਲੀ ਕਰਕੇ ਆਹ ਦੇਖ ਕੈਮਰਾਮੈਨ ਜੀ ਦਿਖਾੜੋ ਜਿਹੜੀਆਂ ਕਾਰਾਂ ਜਿਹੜੀਆਂ ਡਾਇਵਰਟ ਕੀਤੀਆਂ ਜਾ ਰਹੀਆਂ ਆ ਟ੍ਰੈਫਿਕ ਜਿਹੜਾ ਹੈਗਾ ਆ ਆਮ ਪਬਲਿਕ ਨੂੰ ਤੰਗ ਕਰਨ ਵਾਸਤੇ ਜਾਣ ਬੁੱਝ ਕੇ ਇਹ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਪ੍ਰਸ਼ਾਸਨ ਸਾਡਾ ਹੈਗਾ ਆ ਆਪਣੀ ਇੱਕ ਗੁੰਡਾਗਰਦੀ ਇਸ ਟਾਈਮ ਦਿਖਾ ਰਹੇ ਆ ਮੇਰੇ ਹਿਸਾਬ ਦੇ ਨਾਲ ਕਿ ਜਿਹੜੀ ਆਮ ਪਬਲਿਕ ਨੂੰ ਸਵੇਰੇ ਸਵੇਰੇ ਕੰਮਾਂ 'ਤੇ ਜਾਂਦੇ ਲੋਕ ਅਤੇ ਇਹ ਰਸਤਾ ਇੱਧਰਲੇ ਪਾਸੇ ਵੀ ਦਿਖਾ ਦਿਓ ਹਰ ਇੱਕ ਪਾਸਾ ਜਿਹੜਾ ਹੈਗਾ ਆ ਇਹ ਇਹਨਾਂ ਨੇ ਬਲੌਕ ਕੀਤਾ ਹੋਇਆ ਆ ਅਤੇ ਤੁਹਾਡੇ ਨਾਲ ਇਹ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੋਨੀਪਤ ਹਾਈਵੇ ਦੀਆਂ ਜਿਹੜਾ ਦਿੱਲੀ ਨੂੰ ਜਾਂਦਾ ਦਿੱਲੀ ਨੂੰ ਜਾਣ ਵਾਸਤੇ ਰਸਤਾ ਇਹਨਾਂ ਨੇ ਬੰਦ ਕਰਤਾ ਕਿਉਂਕਿ ਇਹ ਅੱਜ ਟਰੈਕਟਰ ਰੈਲੀ ਆ ਟਰੈਕਟਰ ਰੈਲੀ ਹੋਣ ਕਰਕੇ ਅਤੇ ਆਮ ਪਬਲਿਕ ਨੂੰ ਤੰਗ ਕਰ ਰਹੇ ਆ ਕਿ ਇਹ ਕਹਿਣ ਕਿ ਜਿਹੜੇ ਕਿਸਾਨ ਆ ਉਹਨਾਂ ਨੇ ਰਸਤਾ ਰੋਕਿਆ ਇਸ ਕਰਕੇ ਤੁਹਾਨੂੰ ਅਸੀਂ ਡਾਇਵਰਟ ਕਰ ਰਹੇ ਹਾਂ ਇਹਨਾਂ ਕੋਲ ਕੋਈ ਜਵਾਬ ਨਹੀਂ ਪ੍ਰਸ਼ਾਸਨ ਕੋਲੋਂ ਪੁਲਿਸ ਕੋਲੋਂ ਅਸੀਂ ਪੁੱਛ ਚੁੱਕੇ ਹਾਂ ਬਟ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਦੇਖੋ ਦੇਖੋ ਬੱਸਾਂ ਵੀ ਡਾਇਵਰਟ ਕੀਤੀਆਂ ਜਾ ਰਹੀਆਂ ਦੋਸਤੋ ਅਤੇ ਬੱਸਾਂ ਦੇ ਵਿੱਚ ਆਮ ਜਨਤਾ ਜਿਹੜੀ ਹੈਗੀ ਆ ਉਹਨੂੰ ਵੀ ਤੰਗ ਕੀਤਾ ਜਾ ਰਿਹਾ ਆ ਅਤੇ ਇਹਨਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕਿ ਇਹਨਾਂ ਦੀਆਂ ਕੀ ਤਕਲੀਫਾਂ ਕਿੱਥੇ ਜਾਣਾ ਆ ਹਾਂਜੀ ਨਮਸਕਾਰ ਜੀ ਕਹਾਂ ਜਾਣਾ ਆਪਣੇ ਬੱਸ ਵਾਲੇ ਨੇ ਇਹੀ ਉਤਾਰ ਦਿਆ ਆਪਕੋ ਹਾਂ ਯਹੀ ਉਤਾਰ ਦਿਆ ਯਹੀ ਉਤਾਰ ਦਿਆ ਯਹੀ ਉਤਾਰ ਦਿਆ ਕਿਆ ਕਹਿ ਰਹੇ ਅੱਗੇ ਨਹੀਂ ਜਾ ਰਹੇ ਰੀਜ਼ਨ ਕਿਆ ਦਿਆ ਕੁਛ ਵੀ ਨਾ ਬਤਾ ਰਿਹਾ ਵੀ ਆਪ ਇਤਨੇ ਪਰੇਸ਼ਾਨ ਹੋ ਗਏ ਬਿਨਾਂ ਮਤਲਬ ਕਿ ਇਨਕੋ ਪੁੱਛਾ ਕਿ ਜੇ ਕਿਉਂ ਰੋਡ ਬਲੌਕ ਹੀ ਹੈ ਦੋਨੋਂ ਪਾਸੇ ਬੰਦ ਕੀ ਹੋਏ ਨੇ ਤਾਂ ਆਪ ਅਬ ਪੁੱਛਾ ਹੀ ਨਹੀਂ ਕਈ ਦਿਨ ਮੈਂ ਆਈ ਹੂੰ ਨਾ ਇਸ ਲਈ ਮੈਂ ਤਾਂ ਪੁੱਛਾ ਹੀ ਨਹੀਂ ਇਨਸੇ ਅਭੀ ਕਿਆ ਪੁੱਛਾ ਨਹੀਂ ਠੀਕ ਹੈ ਹਾਂ ਆਪਕੋ ਜਾਣੇ ਮੈਂ ਅਬ ਕਿਤਨਾ ਟਾਈਮ ਲੱਗੇਗਾ ਕਿਉਂਕਿ ਪਤਾ ਨਹੀਂ ਕਿਆ ਪਤਾ ਆਪ ਕਿਤਨਾ ਟਾਈਮ ਲੱਗੇਗਾ ਦੋਸਤੋ ਦੇਖ ਲਓ ਇਹ ਸਾਡਾ ਪ੍ਰਸ਼ਾਸਨ ਆ ਆਮ ਜਨਤਾ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਜਾਣ ਬੁੱਝ ਕੇ ਅਤੇ ਦੇਖ ਰਹੇ ਹਾਂ ਆਪਾਂ ਹੋਰ ਵੀ ਕਿਸੇ ਦੇ ਨਾਲ ਗੱਲ ਕਰਕੇ ਕਿ ਜਿਹੜਾ ਇਹ ਪ੍ਰਸ਼ਾਸਨ ਆ ਅਤੇ ਆ ਜਾਓ ਇਹਨਾਂ ਤੋਂ ਵੀ ਪੁੱਛ ਲੈਂਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਨਮਸਕਾਰ ਆਪ ਆਪਣੀ ਸਵਾਰੀਓ ਕੇ ਯਹਾਂ ਪੇ ਉਤਾਰਦੇ ਨੇ ਹਮ ਨੇ ਉਤਾਰੇ ਜੀ ਪ੍ਰਸ਼ਾਸਨ ਅੱਗੇ ਨਹੀਂ ਜਾਣ ਦੇ ਰਿਹਾ ਹਮਕੋ ਪ੍ਰਸ਼ਾਸਨ
गलत कर रहा है या सही कर रहा है? अब ये प्रशासन को पता चाहिए, हम क्या बताएंगे? प्रशासन जाने दे रहे, पैसे ले लिए बालगढ़ तक के, अब यहाँ उतार दिया है, अब पैसे कौन देगा आगे, आप बताओ। तो पैसे अपना बकाया वापस नहीं दे रहे? ये वापस कहाँ कर रहे हैं जी? अच्छा जी, बालगढ़ तक बस जाती थी तो बालगढ़ की टिकट बना रखी है, अब ये प्रशासन आगे नहीं जाने दे रहा है, अब हम क्या करें बताओ। अब ये जो टिकट टिकट किया हमने, अपने दोहरे से पैसे भरने पड़ेंगे, अब हम कहाँ से भरे बताओ। अब जी ये बताओ, बालगढ़ तक बस जा रही, बालगढ़ तक का किराया ले लिया, वो बात सही है जी? हम तो चलने जी करें मैडम जी। तो देख लो, आम पब्लिक जी तंग हो रही है, पर प्रशासन दे कंधे उत्ते जूनी रेंग दी, हमारा वापस कर दो जी, हम तो ये कह रहे हैं 10-20 जो प्रशासन वालों आम पब्लिक नू तंग किया जा रहा, थोड़ा दिखाता दिल्ली के जोड़े रास्ते आ बंद किए आ, सिर्फ यह कह के कि अज ट्रैक्टर रैली आ किसानों वालों, तो थानू दसते चलिए किसानों की ट्रैक्टर रैली जी आ सिंगो बॉर्डर तो टिकरी बॉर्डर पर आ, इधर का कोई लेना देना नहीं, इन्हों की डर हैगा या कि आम पब्लिक जो इन्ना तंग करता, देख लो हूँ तुर के पैदल जाके कितने चढ़न के की करे, बसा वाले ने भी इन्हों इतें ला दिता आ, तो आह साडा प्रशासन हैगा आ जिहड़ा आम पब्लिक दियाँ पैसे दे उपर चलता आ, आम पब्लिक नू ही तंग करता आ, आम पब्लिक ही इस प्रशासन की भेट चढ़ती आ। तो दोस्तों अगे चलते हाँ, कोशिश करते हैं कि अगे जा के असी थोड़े नाल होर भी तस्वीर सांझियां करिए कि अज जिहड़ा हैगा आ पुलिस जिहड़ी हैगी आ उहदे वल्लों की इंतजाम किए हुए आ पब्लिक नू, मैं तो यही कहूँगी तंग करन वास्ते। तो चलते हैं अगे, जुड़े रहो इदां ही व्हाट्सएप पंजाब दे नाल, सत श्री अकाल दोस्तों।